ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਿਹਾ ਫਾਰਮ 'ਚੋਂ ਵੀਡੀਓ ਬਣਾ ਰਿਹਾ ਬਾਈ ਕੋਲੇ ਬਾਈ ਚਾਰ ਗਾਵਾਂ ਬਕਾਊਆ, ਦੋ ਤੋਕੜਾਂ ਨੇ, ਇੱਕ ਸੂਣ ਵਾਲੀ ਆ, ਇੱਕ ਤੋਕੜ ਗੱਭਣ ਆ। ਆਓ ਪੁੱਛ ਲੈਂਦੇ ਆਪਾਂ ਬਾਈ ਤੁਹਾਡੇ। ਆ ਜਾਓ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਵਧੀਆ ਜੀ। ਹਾਂ ਵਧੀਆ ਵਧੀਆ। ਨਾਮ ਅਤੇ ਐਡਰੈਸ ਬੋਲ। ਨਾਮ ਮੋਹਨਜੀਤ ਸਿੰਘ ਜੀ, ਪਿੰਡ ਭੋਤਨਾ, ਜ਼ਿਲ੍ਹਾ ਬਰਨਾਲਾ ਜੀ। ਤਹਿਸੀਲ ਬਾਈ? ਤਹਿਸੀਲ ਤਾਂ ਬਾਈ ਨੇੜੇ ਪਿੰਡ ਭੋਤਨਿਆਂ ਦੇ ਨੇੜੇ ਬਾਸਗੜ੍ਹ ਰਹੇਗਾ ਜੀ, ਇਧਰੋਂ ਟੱਲੇਵਾਲ ਰਹੇਗਾ ਜੀ। ਮੋਬਾਈਲ ਨੰਬਰ ਬੋਲ। 9971 ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁਣਦੀ ਆ? ਇਹ ਵੀਰੇ ਦੂਜਾ ਸੂਆ ਸੁਣਦੀ ਆ ਜੀ। ਕਿੰਨੇ ਦਿਨ ਲੈਂਦੀ ਆ ਬਾਈ? ਇਹ 10 ਤੋਂ 12 ਦਿਨ ਦੀ ਕੱਚੀ ਆ ਜੀ। 10 ਤੋਂ 12 ਦਿਨਾਂ ਦੀ ਕੀ ਰਿਕਾਰਡ ਆ ਦੁੱਧ ਦਾ ਬਾਈ? ਇਹਦਾ ਪਹਿਲੇ ਸੂਏ ਦਾ ਜੀ 24 ਤੋਂ 25 ਕਿਲੋ ਉਧਰ ਕੱਢ ਰਿਹਾ ਜੀ। 24 ਲੀਟਰ ਹੁਣ 3 28 29 ਦੇ ਜਾਊਗੀ ਜੀ। ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਕੱਚੀ ਜ਼ਰੂਰ ਆ 10-12 ਦਿਨਾਂ ਦੀ, ਉਸ ਹਿਸਾਬ ਨਾਲ ਐਸਟੀਮੇਟ ਲਾ ਲਿਓ। ਖਾਣ ਲਈ ਬਾ ਬੜਾ ਚੰਗਾ ਤੇ ਲਾਡੂ ਲਾ ਬਹੁਤ ਪਈਆਂ ਨੇ। ਸਾਰੀਆਂ ਬਲਡਰ ਲਾ ਕੱਢੂ, ਫੇਰ ਕਰਮ ਵਾਲੀ ਨੇ ਸੋਹਣਾ ਫੇਸ ਦੇਖੋ, ਫੇਸ ਬੜਾ ਪਿਆਰਾ, ਬੋਧੀ ਬਾਦੀ ਚੰਗੀਆਂ, ਰੰਗ ਰੂਪ ਚੰਗਾ, ਚਮਕ ਚਮਕ ਬਹੁਤਾ, ਵੈੜ ਦੇ ਚੰਗੀ ਆ ਬਈ, ਲੰਮੀ ਲੰਮੀ ਚੰਗੀ ਆ। ਤੇ ਬਾਈ ਦੇ ਫਾਰਮ ਦੀ ਵੈੜ ਆ, ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਤੇ ਕੀ ਮੁੱਲ ਆ ਭਰਾ ਇਹਦਾ ਫਿਰ? ਇਹਦਾ ਮੁੱਲ 1-10 ਆ ਜੀ। ਮਾਨਤਾਨ ਹੋ ਜੀ। ਹਾਂਜੀ ਵੀਰੇ, ਹੋ ਜੀ। 1,10,000 ਰੁਪਇਆ ਮੁੱਲ ਆ ਵੀਰੇ, ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਵੇਗਾ। ਚੰਗੀ ਆ ਬੈੜ ਬਈ, ਇਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ, ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ। ਮੁੱਠੀ ਵਾਲਾ ਥਣ, ਨਾੜਾ ਨੂੜਾ ਲੇਵੇ ਤੇ ਫੁੱਲ ਲੈ, ਇਕੱਲਾ ਇਕੱਲਾ ਥਣ, ਚਾਰੇ ਥਣ ਠੰਡੀ ਸੀ ਲੱਗ ਰਹੀ ਐ ਨਹੀਂ ਗੱਲਬਾਤ ਕੋਈ। ਕਹਿੰਦੀ ਕੁਛ ਨਹੀਂ ਹਨਾ? ਨਹੀਂ ਨਹੀਂ ਵੀਰੇ। ਕਿਆ ਬਾਤ ਆ ਵੀਰੇ। ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਬਾਈ? ਇਹ ਵੀਰੇ ਦੂਜਾ ਸੂਆ ਸੂਈ ਹੈਗੀ। 3 ਕੁ ਮਹੀਨੇ ਹੋ ਗਏ, 3-3.5 ਮਹੀਨੇ ਸੂਈ ਨੂੰ। ਠੀਕ ਆ। ਦੁੱਧ ਹੈਗਾ 11-12 ਕਿਲੋ ਦੇ ਥੱਲੇ। ਦੁੱਧ 11-12 ਲੀਟਰ ਹੈਗਾ। ਠੀਕ ਆ ਬਾਈ, ਬੋਲਿਓ ਬਾਈ। ਤੋਰ ਚਵਾਈ ਚੁਵੀ ਕਿਵੇਂ ਆ? ਚਵਾਈ ਚੁਵੀ 1 ਨੰਬਰ ਆਈ, ਨਾਲ ਚੰਗਾ ਨਾ, ਠੰਡੀ ਠੁੰਡੀ ਫੁੱਲ ਆ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਕੋਈ ਚੱਕਰੀ ਨਹੀਂ। ਬੱਚਾ ਹੈਗਾ ਨਾ? ਨਹੀਂ, ਬੱਚਾ ਹੈ ਨਹੀਂ ਵੀਰੇ ਨਾਲ। ਠੀਕ ਆ ਬਾਈ। ਕੱਦ ਵੱਡ ਚੰਗਾ, ਰੰਗ ਰੂਪ ਚੰਗਾ, ਆਰਡਰ ਚੰਗਾ, ਥਾਣ ਬਹੁਤ ਚੰਗਾ ਬਾਈ, ਤੇ ਦੁੱਧ ਬਾਈ ਨੇ ਦੱਸਿਆ ਹੈਗਾ ਚੰਗਾ ਬਾਈ, ਤੋਰਾ ਤਾਰਾ ਵੀ ਬਹੁਤ ਚੰਗਾ ਕਰਮ। ਕੀ ਮੁੱਲ ਆਈ ਜਾਇਦ ਜਦ? ਇਹਦਾ ਮੁੱਲ 40,000 ਆਈ। ਮਾਨਤਾਨ ਹੋ ਜੂ? ਹਾਂ ਵੀਰੇ, ਹੋ ਜੂ। ਠੀਕ ਆ, 40,000 ਰੁਪਇਆ ਮੁੱਲ ਆ ਵੀਰੇ, ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇ। ਆਰਡਰ ਚੰਗਾ ਬਾਈ, ਸ਼ਾਮ ਤੱਕ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ। ਇਕੱਲਾ ਇਕੱਲਾ ਥਾਣਾ, ਮੁੱਠੀ ਵਾਲਾ ਥਾਣ, ਚਾਰੇ ਥਾਣ ਨਿਕਲਵੇਂ ਪੂਰੇ ਗੈਸ ਜੀ। ਅੱਗੇ ਜੀ 3 ਨੰਬਰ, ਤੋਕੜ ਗੱਬਣਾ ਜੀ। ਹਾਂ ਵੀਰੇ। ਕਿਹੜਾ ਸੂਆ ਬਾਈ? ਇਹ ਵੀਰੇ 7ਵਾਂ ਮਹੀਨਾ ਦਾ ਪੂਰਾ ਹੋਣ ਵਾਲਾ ਗਾ। ਉਦੋਂ ਡਰਾਈ ਕਰਨ ਦੇ ਮਤਲਬ ਹੀ ਆ, 3 ਕੁ ਕਿਲੋ ਹੋਏ, 3 ਕਿਲੋ ਹੋਏ ਦੁੱਧ ਇਹ ਥੱਲੇ। ਠੀਕ ਆ। ਤੀਜੇ ਸੂਏ ਵਾਸਤੇ ਗੱਬਣਾ ਜੀ। ਡੰਗ ਦਾ 3 ਕਿਲੋ ਆ ਜੀ। ਹਾਂ ਹਾਂ। 6 ਕੁ ਲੀਟਰ ਦੁੱਧ ਹੈਗਾ। ਬੋਲਿਓ ਬਾਈ ਤੁਰ। 6 ਕੁ ਲੀਟਰ ਦੁੱਧ ਬਾਈ ਕਹਿੰਦਾ ਹੈਗਾ, ਤੇ ਖਾਣ ਦੇਖੋ ਬਈ, ਖਾਣ ਬਹੁਤ ਚੰਗਾ, ਤੇ ਦੁੱਧੋਂ ਡਰਾਈ ਕਰਨਾ ਹੁਣ ਇਹਨੂੰ ਬਈ, ਟਾਈਮ ਹੀ ਆ, 7ਵਾਂ ਮਹੀਨਾ ਇਹਦਾ ਕੰਪਲੀਟ ਹੋ ਜਾਣਾ ਗਾ, ਤੋਰਾ ਤਾਰਾ ਚੰਗਾ ਗਾ, ਪ੍ਰਿੰਟ ਪ੍ਰੁੰਟ ਕਰਮ ਵਾਲੀ ਦਾ ਬਹੁਤ ਚੰਗਾ ਗਾ, ਫੁੱਲ ਕੱਦ ਦਾ ਬਈ ਚੰਗੀ ਆ, ਬੜ ਸੁਨੱਖੀ ਆ ਬਈ। ਕੀ ਮੁੱਲ ਆਈ ਜਾਇਦ ਜਾ? ਇਹਦਾ ਮੁੱਲ 65,000 ਰੁਪਇਆ। ਮਾਨਤਾਨ ਹੋ ਜੀ। ਹਾਂ ਵੀਰੇ। ਠੀਕ ਆ, 65,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ। ਕੱਦ ਬਹੁਤ ਆ ਬਈ, ਪ੍ਰਿੰਟ ਪ੍ਰੁੰਟ ਚੰਗਾ, ਤੇ ਥਾਂ ਲੈ ਬਈ ਬੜਾ ਕਮਾਲ ਹੈ, ਚੰਗੀ ਆ ਬੜ ਸੁਨੱਖੀ ਆ ਬਈ। ਗਾਵਾਂ ਬਾਈ ਕੋਲੇ ਬਈ ਸਾਰੀਆਂ ਹੀ ਚੰਗੀਆਂ, ਚੰਗੇ ਦੁੱਧ ਵਾਲੀਆਂ ਨੇ, ਤੇ ਬਰੀਡ ਸਾਰੀ ਵੀ ਚੰਗੀ ਆ। ਅੱਗੇ ਅੰਕਲ ਆ ਹੈਗੀ। ਹਾਂ ਇਹੀ ਆ। ਕਿਹੜਾ ਸੂਆ ਸੂਈ ਵੀ ਹੈ? ਇਹ ਵੀਰੇ ਤੀਜਾ ਸੂਆ ਸੂਈ ਵੀ ਹੈ ਜੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਹੋ ਗਏ 3 ਕੁ ਮਹੀਨੇ ਆ ਇਹਦੀ ਬੱਸੀ ਹੈਗੀ। 3 ਮਹੀਨੇ ਹੋ ਗਏ ਸੂਈ ਨੂੰ, ਬੱਚਾ ਮਗਰ ਬੱਚੀ ਆ, ਇਹ ਆਪਾਂ ਦੇਣੀ ਨਹੀਂ ਜਾਣੀ ਕਿ ਇਹ ਰੱਖਣੀ ਆ। ਹਾਂ ਰੱਖਣੀ। ਠੀਕ ਆ, ਬੱਚਾ ਬਈ ਮਗਰ ਬੱਚੀ ਆ, ਬੱਚੀ ਬਾਈ ਕਹਿੰਦਾ ਆਪਾਂ ਰੱਖਾਂਗੇ,
ਹੁਣੇ ਕਿੰਨਾ ਦੁੱਧ ਹੈ ਇਹਦੇ ਥੱਲੇ? ਹੁਣ ਇਹ ਥੱਲੇ ਦੁੱਧ ਵੀ ਆਪਾਂ ਸੀਗਾ 14 ਕਿਲੋ, ਹੁਣੇ ਅਜੇ ਖਰਾਬ ਕਰੀ ਜਾਂਦੀ ਹੈਗੀ, ਦੋ ਜਾਣੀ ਕਿ 12-13 ਕਿਲੋ ਹੁਣ ਵੀ ਹੋਊਗਾ, 14-15 ਚਾਹੀਦਾ ਆਪਾਂ ਨੂੰ ਖੋਲ ਦੇਣੀ ਹੈ। ਹਾਂ, ਖੋਲ ਕੇ ਨੀ ਦਿਖਾਉਂਦੇ ਬਾਈ, ਥੋੜਾ ਜਿਹਾ ਭੱਜ ਨੱਠ ਕਰਦੀ ਹੈ ਹੀਟ ਚਾਈ ਕਰਕੇ। ਆਰਡਰ ਕਮਾਲ ਦਾ, ਥਣ ਥੁਣ ਚੰਗਾ, ਊਂ ਤੋਰੇ ਦੀ ਸਾਫ਼। ਹਾਂ ਹਾਂ, ਇੱਕ ਨੰਬਰ ਨੰਬਰ ਤੋਰੇ ਦੀ ਆਦੇ ਉੱਪਰ ਚੜ੍ਹਦੀ ਆ ਬਈ, ਹੀਟ ਚਾਹੀਦੀ ਆ। ਖਾਣ ਲੇਵਾ ਬੜਾ ਚੰਗਾ, ਨਾੜਾ ਨੂੜਾ ਫੁੱਲ ਚੰਗੀਆਂ। ਕੀ ਮੁੱਲ ਲਈ ਜਾਇਜ਼ ਇਹਦਾ? ਮੁੱਲ 55,000 ਰੁਪਏ ਮਾਨਤਾਨ ਹੋ। ਹਾਂ ਹੋ, ਠੀਕ ਹੈ, 55,000 ਰੁਪਇਆ ਮੁੱਲ ਆ, ਮਾਨਤਾਨ ਜ਼ਰੂਰ ਹੋ ਜਾਊਗਾ। ਨਾਗਸੀ ਭਰਾ ਕੋਲ 4-4 ਦੇ ਖਾਤੇ, ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆ। ਇਹ ਪਹਿਲੇ ਸੂਏ ਦੀ ਬੱਸੀ ਹੈ ਇਹਦੀ, ਆ ਬੈਠਦੀ ਨਾਲੇ, ਠੀਕ ਹੈ ਬਾਈ, ਆ ਬੱਸੀ ਇਹ ਬੈਠਦੀ ਹੈ ਜਿਹੜੇ ਆ ਗੱਬਣ ਵੇਚਦੇ ਆਪਾਂ, ਠੀਕ ਆ, ਆ ਬੈਠਦੀ ਬੱਸੀ ਆ ਪਹਿਲੇ ਸੂਏ ਦੀ, ਠੀਕ ਆ ਬਾਈ, ਓਕੇ।